ਅਸਲਾਮ ਅਲੈਕੁਮ ਜੀ, ਸਤਿ ਸ੍ਰੀ ਅਕਾਲ ਤੇ ਕਿਦਾਂ ਹਾਲ ਚਾਲ ਵੀਰੋ? ਠੀਕ ਹੋ? ਵਧੀਆ ਹੋ? ਤੇ ਮੈਂ ਵਾਂ ਸਜਾਦ ਤੇ ਮੈਂ ਵਾਂ ਇਕਰਾ। ਅੱਜ ਕੀ ਵੇਖਾਂਗੇ ਆਪਾਂ? ਅੱਜ ਅਸੀਂ ਵੇਖਾਂਗੇ ਕਰਮਜੀਤ ਸਿੰਘ ਦੇ ਅਨਮੋਲ ਬੈਸਟ ਪੰਜਾਬੀ। ਇਹ ਕਰਮਜੀਤ ਦੇ ਅਨਮੋਲ ਨਹੀਂ, ਇਹ ਕਰਮਜੀਤ ਅਨਮੋਲ ਉਹਦਾ ਪੂਰਾ ਨਾਮ ਹੈ। ਜਿਆਦਾ ਮੂੰਹ ਨਾ ਅੱਡ ਮੱਖੀਆਂ ਪੈ ਜਾਣਗੀਆਂ। ਇਹ ਮੱਖੀ ਤੇ ਪੈ ਵੀ ਜਾਵੇ ਕੋਈ ਨੀ, ਮੈਂ ਲੰਘਾ ਜਾਣੀ ਆ। ਐ ਕਿਵੇਂ ਲੰਘਾ ਜੇਗਾ? ਅੱਜ ਮੇਰੀ ਵਾਰੀ ਹੈ। ਵਾਰੀ ਨੂੰ ਸਾਲਿਆ ਲੁੱਡੋ ਖੇਡਦੇ ਪਏ ਹੋ? ਅੱਗੇ ਅੱਗੇ ਬਕਵਾਸ ਨਾ ਕਰ। ਆ ਗਈ ਆ ਗਈ, ਲੱਗਦਾ ਮੈਨੂੰ ਪ੍ਰਪੋਜ਼ ਕਰਨ ਆ ਰਹੀ ਹੈ। ਦੇਖਦੇ ਹਾਂ। ਹਾਈ ਗਾਇਸ, ਸਤਿ ਸ੍ਰੀ ਅਕਾਲ ਜੀ। ਹਾਊਜ਼ ਇਟ ਗੋਇੰਗ? ਗੁੱਡ ਆਫਟਰਨੂਨ ਜੀ। ਐ ਨਾ ਖੜੋ ਜੀ, ਮੇਰੇ ਤਾਂ ਦੰਦਲ ਪੈਣ ਵਾਲੀ ਹੋਈ ਪਈ ਹੈ ਜੀ। ਵਾਟ ਮਤਲਬ ਜੀ? ਸ਼ਹਿਰੀ ਯਾਦ ਆ ਗਈ ਜੀ ਤੁਹਾਨੂੰ ਦੇਖ ਕੇ। ਐ ਹੁਸਨ ਵਾਲੇ, ਤੇਰਾ ਵੀ ਜਵਾਬ ਨਹੀਂ। Such idiots. ਵਧੀਆ ਨਹੀਂ ਲੱਗੀ ਜੀ? ਇਡੀਅਟਸ ਨਹੀਂ ਜੀ, ਸਿੰਗਲ ਇਡੀਅਟ। ਮੈਂ ਤਾਂ ਬੋਲਿਆ ਕੁਛ ਨਹੀਂ। ਹੁਸਨ ਵਾਲੇ ਤੇਰਾ ਜਵਾਬ ਨਹੀਂ, ਕਿੰਨੀਆਂ ਤੋਂ ਛਿੱਤਰ ਖਾ ਦੇ ਹਿਸਾਬ। ਇਹ ਛਿੱਤਰਾਂ ਛੁੱਤਰਾਂ ਤਾਂ ਕੋਈ ਨਹੀਂ ਮੈਨੂੰ, ਮੈਨੂੰ ਤਾਂ ਬਸ ਏਦਾਂ ਟੱਚ ਫੀਲਿੰਗ ਆਉਂਦੀ ਹੈ ਜਦੋਂ ਕੋਈ ਕੁੜੀ ਥੱਪੜ ਮਾਰ ਕੇ ਜਾਂਦੀ ਹੈ। ਏਦਾਂ ਦਾ ਫੀਲ ਤੇ ਫਿਰ ਤਿੰਨ ਤਿੰਨ ਮਿੰਟ ਬਾਅਦ ਲਿਆ ਕਰ। ਕਾਲਜ ਦੀਆਂ 500 ਕੁੜੀਆਂ ਤੇਰੇ ਪਿੱਛੇ ਹੱਥਾਂ ਨੂੰ ਥੋਕ ਲਾਈ ਫਿਰਦੀਆਂ। ਅੱਛਾ, ਜਾਣਦਾ ਮੈਂ ਤੈਨੂੰ ਵੀ ਵੱਡੇ ਰਾਂਝੇ ਨੂੰ। ਤੇਰੇ ਮਗਰ ਤਾਂ ਜਣੀ ਬਹੁਤ ਜਣੀਆਂ ਮੰਗਲ ਸੂਤਰ ਚੱਕੀ ਫਿਰਦੀਆਂ ਨਾ। ਸੂਤਰ ਤੇਰਾ ਹੁਣ ਤੱਕ ਵੀ ਨਹੀਂ ਆਇਆ। ਓਏ ਮੈਂ ਗੱਲ ਸੁਣਾ, ਮੇਰੇ ਕੋਲ ਮੈਂ ਡੇਲੇ ਬਾਹਰ ਕੱਢ ਦੇਣੇ ਤੇਰੇ ਕੋਲ। ਓ ਮੇਰੇ ਕੋਲ ਬੇਇੱਜ਼ਤੀ ਨਾ ਕਰਾਣੀ, ਤੈਨੂੰ ਮੈਂ ਦੱਸਤਾ ਹੀ। ਓ ਮੈਨੂੰ ਬੇਇੱਜ਼ਤੀ ਦਾ ਕੋਈ ਫਰਕ ਨਹੀਂ ਪੈਣਾ, ਪਰ ਜਿੱਦੇ ਮੈਂ ਤੇਰੀ ਕਰਤੀ ਤੇਰਾ ਕੱਖ ਨਹੀਂ ਰਹਿਣਾ। ਬੜਾ ਚੱਲ ਯਾਰ, ਜਿਹੜਾ ਜ਼ੋਰ ਲੱਗਦਾ ਤੇਥੋਂ ਲਾ ਲਈ, ਹੁਣ ਜ਼ਮੀਨ ਨਹੀਂ ਮੋੜਦਾ ਮੈਂ ਤੈਨੂੰ। ਅੰਦਰੋਂ ਦਿਲ ਤਾਂ ਮੰਨਦਾ ਨਾ ਤੇਰਾ ਵੀ ਜ਼ਮੀਨ ਮੇਰੀ ਸੀ। ਓਏ ਤੇਰਾ ਜ਼ਮੀਨ ਤੇ ਨਾ ਲਿਖਿਆ? ਨਾ ਤੇਰਾ ਵੀ ਨਹੀਂ ਲਿਖਿਆ, ਪਰ ਤੂੰ ਧੱਕਾ ਕਰ ਗਿਆ ਮੇਰੇ ਨਾਲ। ਓਏ ਤੂੰ ਤਾਂ ਐ ਕਰਦਾ ਜਿਵੇਂ ਮੈਂ ਤੈਨੂੰ ਕੇਸ 'ਚ ਨਹੀਂ, ਚੂਹੇ 'ਚ ਜਿੱਤੇ ਹੋਵਾਂ ਜ਼ਮੀਨ। ਮੈਂ ਤੈਨੂੰ ਦੇਖ ਲੂੰ ਤਾਜੀ। ਓ ਕੱਲ ਦੇਖਦਾ, ਹੁਣੀ ਦੇਖ ਲੈ, ਬੁੜਾ ਹੋ ਚੱਲਿਆ ਕਿਤੇ ਅੱਖਾਂ ਨਾਲ ਜਵਾਬ ਦੇ ਜਾਣ ਤੇਰੀ। ਤਾਜੀ ਓਏ ਭੁੱਲਰਾ, ਛੱਡੋ ਜੀ ਆਪਣਾ ਰੱਖ ਲੜਨ ਆਇਆ। ਤੂੰ ਚੁੱਪ ਕਰ। ਇੱਕ ਗੱਲ ਯਾਦ ਰੱਖੀ ਪੁੱਤ, ਬਦਲਾ ਲੈਣਾ ਭੁੱਲਣ ਨੂੰ ਵੀ ਆਉਂਦਾ ਹੈ। ਓ ਜਾ ਭਾਜਾ, ਪੰਜਾਬ ਫਿਰਦਿਆਂ ਤੇਰੇ ਵਰਗੇ ਬਦਲਾ ਲੈਣਾ ਆਉਂਦਾ ਇਹਨੂੰ। ਉਹ ਕਦੋਂ ਬਾਸਮਤੀ ਪਈਆ ਕਾਲੀਆਂ ਵਿੱਚ? ਉਹ ਬਿਰਥੀ ਆ ਜੀ, ਆ ਸੌਦਾ ਪੱਤਾ ਤੋੜ ਕੇ ਦਾ। ਠੀਕ ਹੈ ਬਈ, ਕਮਾਲ ਆ ਮਾਸਟਰ ਜੀ, ਪਹਿਲੀ ਵਾਰ ਕਿਸੇ ਨੂੰ ਗੁਰਮੁਖੀ ਦੀ ਪਰਚੀ ਲਿਖ ਕੇ ਦਿੱਤੀ ਹੈ। ਮਹੀਂ ਦਾ ਤਾਂ ਪੰਜਵੀਂ ਫੇਰ ਵੀ ਅੰਗਰੇਜ਼ੀ ਦੀ ਘੋਲਕੰਦੇ ਮਾਲ ਕੇ ਲਿਆਉਂਦੇ ਆ। ਓ ਬੋਦੀ ਭੌਂਕਣਾ, ਤੂੰ ਫੀਸਾਂ ਭਰਦੇ ਰਹੇ ਮੇਰੀਆਂ। ਪੰਜਵੀਂ ਫੇਲ ਨਾਲੇ ਪਾਸ, ਉਹ ਤਾਂ ਜੱਟਾਂ ਦੀਆਂ ਜੜਾਂ 'ਚ ਸਰਕਾਰ ਬਹਿ ਗਈ, ਜਿਹੜੀਆਂ ਤੇਰੇ ਵਰਗੀਆਂ ਲੰਡੀਆਂ ਬੁੱਚੀਆਂ ਸਾਨੂੰ ਛੇਡਾਂ ਕਰਨ ਲੱਗ ਗਈਆਂ। ਲੱਗ ਗਿਆ ਰੌਂਗ ਨੰਬਰ। ਉਹ ਤੁਹਾਨੂੰ ਥੋੜ੍ਹੀ ਕਿਹਾ ਸੋਹੀ ਸਾਹਿਬ, ਗੁੱਸਾ ਅੱਕ ਦਿਓ ਕੰਧ ਹੈ ਇੱਕ। ਓ ਸਾਹਿਬ ਨੂੰ ਮੈਂ ਪੌਂਡ ਮੰਗਲੇ ਤੇਤੋਂ ਰਿਸ਼ਵਤ 'ਚ? ਸਾਹਿਬ ਪਤਾ ਕੌਣ ਹੁੰਦਾ? ਸਾਹਿਬ ਜਿਹੜੇ ਰੱਬ ਨੇ ਸਪੈਸ਼ਲ ਕੋਠੇ 'ਚ ਬਣਾਏ ਹੁੰਦੇ ਆ ਉਹ ਹੁੰਦੇ ਆ। ਸ਼ੰਭੂ ਜੀ, ਮੈਂ ਗੱਲ ਬਿਲਕੁਲ ਸਹੀ ਕਿਹਾ ਸਰਦਾਰ ਜੀ ਤੁਸੀਂ। ਸਹੀ ਟੱਟੂ ਕਿਹਾ, ਨਾਲੇ ਸਰਦਾਰੀਆਂ ਕਾਹਦੀਆਂ? ਬੈਂਕ ਵਾਲੇ ਰੋਜ਼ ਸਾਡੇ ਘਰੇ ਆ ਕੇ ਸਾਡੀਆਂ ਸਰਦਾਰੀਆਂ ਲੀਰੋ ਲੀਰ ਕਰਦੇ ਆ। ਦਾਦਾ ਸਦੇ ਦੇ ਕੁੜੀ ਦੇ ਵਿਆਹ ਤੇ ਕਰਜ਼ਾ ਚੁੱਕਿਆ ਸੀ, ਕਹਿੰਦਾ ਕਿ ਗਵਾਂਢੀਆਂ ਨੇ ਬੰਬੂ ਕਰ ਦਿੱਤਾ, ਮੈਂ ਕਾਰ ਦਿਉਂ। ਹੁਣ ਗਵਾਂਢੀ ਤਾਂ ਹੈਲੀਕਾਪਟਰ ਦੇਣਗੇ, ਬਈ ਤੂੰ ਆਪਣੀ ਕੁੜੀ ਨੂੰ ਹਵਾਈ ਜਹਾਜ਼ ਦੇਗਾ ਲਫਤਾਂਸ ਵਾਲਾ? ਗੁੱਸਾ ਤਾਂ ਕਦੀ ਗੱਲ ਇੱਕ। ਤੂੰ ਐਂ ਕਰ, ਇਹਨੂੰ ਇਹ ਵੀ ਦੱਸ ਦੇ ਬਈ ਮੇਰੇ ਮੁੰਡੇ ਦਾ ਰਿਸ਼ਤਾ ਟੁੱਟ ਗਿਆ, ਜੇ ਤੇਰਾ ਫਿਰ ਵੀ ਨਹੀਂ ਸਰਦਾ ਫਿਰ ਗੱਲ 'ਚ ਢੋਲ ਪਾ ਲੈ। ਐਂ ਕਰ, ਗੁਰਦੁਆਰੇ ਜਾ ਕੇ ਨਾ ਅਨਾਊਂਸਮੈਂਟ ਕਰਾ ਦੇ, ਠੀਕ ਹੈ? ਹਾਂ ਹੈਲੋ, ਭੌਂਕ, ਮੈਂ ਬੋਧੀ ਰਾਮ ਦੀ ਬੋਧੀ ਪੱਟ ਰਿਹਾ, ਘਰੇ ਆ ਕੇ ਤੇਰੇ ਗੁੱਤ ਪੱਟੂਗਾ। ਹੁਣ ਤੂੰ ਮੇਰੀ ਸ਼ਕਲ ਦੇਖ ਕੇ ਵਰਤ ਤੋੜਨੇ ਨਾ, ਘਰੋਂ ਨਹੀਂ ਨਿਕਲ। ਮਾਤਾ ਦੀ ਪਹਾੜ ਵਾਲੀਏ, ਐਡਾ ਵੱਡਾ ਰੌਂਗ ਨੰਬਰ ਲਾਦਾ ਤੀ, ਗੁੱਸਾ ਕਰੀ ਗੱਲ ਦਾ ਇੱਕ। ਇਹ ਕੀ ਕੇਸ ਹੈ ਜੀ? ਬਸ ਜੀ, ਕੇਸ ਵਿਗੜੇ ਹੀ ਸਮਝੋ, ਕਰਜ਼ੇ ਕੁਰਜ਼ਿਆਂ ਦੀ ਗੱਲ ਤਾਂ ਮੈਂ ਤੁਹਾਨੂੰ ਸਮਝਾਈ ਦਿੱਤੀ ਸੀ। ਇਹਦੇ ਮੁੰਡੇ ਦਾ ਰਿਸ਼ਤਾ ਹੋਇਆ ਸੀ ਨਾਲ ਦੇ ਪਿੰਡ ਦੇ ਸ਼ਮਸ਼ੇਰ ਲੈ ਕੇ ਇਹਦੀ ਕੁੜੀ ਦੇ ਨਾਲ। ਪਹਿਲਾਂ ਤਾਂ ਉਦੋਂ ਕੋਲੇ ਵੀ ਇਹਦੇ ਜਿੰਨੀ ਜ਼ਮੀਨ ਤੀ, ਬਾਅਦ 'ਚ ਉਹਦਾ ਲੱਗਿਆ ਸਹੀ ਨੰਬਰ, ਚਿੱਟਾ ਵੇਚ ਵੇਚ ਕੇ ਕਾਲਾ ਧਨ ਕਮਾ ਲਿਆ, ਉਹਨੇ ਫਿਰ ਰਿਸ਼ਤਾ ਤੋੜਤਾ। ਬਸ ਤੁਸੀਂ ਇਹ ਸਮਝੋ ਵੀ ਸੋਹੀ ਸਾਹਿਬ ਨੇ ਜਿੰਨੇ ਨੰਬਰ ਵੀ ਲਾਏ ਨੇ, ਬਸ ਰੌਂਗ ਨੰਬਰ ਹੀ ਲਾਏ ਨੇ। ਨਾਨਕ ਦੁਖੀਆ ਸਭ ਸੰਸਾਰ। ਕਿੰਨੇ ਹੋਏ ਲਾਲਾ ਜੀ? 235 ਹੋ ਗਏ ਜੀ, ਕੋਈ ਵੀ ਬਾਅਦ 'ਚ ਆ ਜਾਣਗੇ ਦੇਖ ਲਾਂਗੇ। ਨਹੀਂ ਨਹੀਂ, ਤੁਸੀਂ ਉਹ ਲਿਖ ਕੇ ਲਾਇਆ ਹੋਇਆ ਨਾ, ਅੱਜ ਨਗਦ ਕੱਲ ਉਧਾਰ। ਉਹ ਲਿਖੇ ਤੇ ਅੱਜ ਕੱਲ ਕੌਣ ਅਮਲ ਕਰਦਾ ਜੀ ਭਲਾ? ਵੈਸੇ ਕਰਨਾ ਚਾਹੀਦਾ ਅਮਲ, ਲਿਖੇ ਹੋਏ ਤੇ ਚਾਹੇ ਉਹ ਗੀਤਾ 'ਚ ਲਿਖਿਆ ਹੋਵੇ ਚਾਹੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਵੇ, ਅਮਲ ਤਾਂ ਕਰਨਾ ਚਾਹੀਦਾ। ਵੈਸੇ ਹੁਣ ਮੇਰੇ 15 ਰੁਪਏ ਨਿਕਲਦੇ ਜੀ ਤੁਹਾਡੇ ਵੱਲ। ਕੋਈ ਨੀ, ਉਹ ਫਿਰ ਸਾਡੇ ਵੱਲ ਲਿਖ ਲਿਓ, ਲਓ ਫਿਰ ਖੁਸ਼ੀ ਇੱਕ ਸੈਲਫੀ ਕਰੀਏ, ਆਪਾਂ ਫੇਸਬੁੱਕ ਤੇ ਡਾਊਨਲੋਡ ਕਰਾਂਗੇ। ਓਏ ਹੋਏ 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 ਹੋਏ,
ਉਹ ਕਿੰਨੇ ਪਿਆਰ ਨਾਲ ਬਣਾਇਆ ਉਹ ਪ੍ਰੋਫੈਸਰ ਦੀ ਮਹਿਬੂਬ ਨੇ ਓਏ ਕੱਟਿਆ ਓਏ ਆ ਵੇਖ ਓਏ ਲੈ ਬਣ ਗਈ ਗੱਲ ਅੱਜ ਜਦੋਂ ਪ੍ਰੋਫੈਸਰ ਪਰਵਾਨਾ ਨੇ ਸ਼ਮਾਂ ਦੇ ਹੱਥਾਂ ਦਾ ਬਣਿਆ ਤੇਲ ਵਾਲਾ ਬ੍ਰੈਡ ਦੇਖਿਆ ਤਾਂ ਉਹਨਾਂ ਦਾ ਗੁੱਸਾ ਮਿੰਟ ਜੀ ਮੂੰਹ ਮੁੱਕ ਪਿਘਲ ਕੇ ਠੰਡਾ ਹੋ ਜਾਣਾ ਹੈ ਲਓ ਦੇਖਦੇ ਆ ਝੱਟ ਉਹ ਛੇਤੀ ਆ ਜਾ ਥੱਲੇ ਨਾ ਜੀ ਪ੍ਰੋਫੈਸਰ ਦਾ ਅੱਜ ਦਿਲੋਂ ਸਵਾਗਤ ਕਰ ਰਹੇ ਹਾਂ ਤੁਹਾਡੇ ਚੋਂ ਬ੍ਰੈਡ ਦੀ ਬੇਅਦਬੀ ਕਿਹਨੇ ਕੀਤੀ ਹੈ ਬ੍ਰੈਡ ਦੀ ਜਾਂ ਬ੍ਰੈਡ ਵਾਲੀ ਦੀ ਸ਼ਟ ਅਪ ਵੈਸੇ ਜੀ ਨੇ ਵੀ ਤੁਹਾਡੇ ਚੋਂ ਇਕੱਲੀ ਬ੍ਰੈਡ ਉੱਥੇ ਰੱਖੀ ਆ ਬਹੁਤ ਜ਼ਿਆਦਤੀ ਕੀਤੀ ਆ ਜੇ ਨਾਲ ਥੋੜੀ ਜਿਹੀ ਸੌਸ ਵੀ ਰੋੜੀ ਹੁੰਦੀ ਗੱਲ ਕਦੋਂ ਦੀ ਨਿਬੜ ਜਾਣੀ ਸੀ ਸਰ ਵੈਸੇ ਜਿੰਨੀਆਂ ਮਰਜ਼ੀ ਦਿਲ ਵਾਲੀਆਂ ਬ੍ਰੈਡਾਂ ਖਾਈ ਜਾਓ ਸੱਚ ਹੀ ਕਿਹਾ ਫਿਰ ਮੈਂ ਅੱਜ ਤੁਹਾਡੇ ਵਰਗੇ ਕਿਸੇ ਸਿਆਣੇ ਨੇ ਕਹਿੰਦੇ ਸਹੇਲੀ ਤੇ ਹਵੇਲੀ ਇੰਨੀ ਛੇਤੀ ਨਹੀਂ ਬਣਦੀ ਅੱਛਾ ਬਣਾਉਣ ਵਾਲੇ 'ਚ ਦਮ ਚਾਹੀਦਾ ਹਵੇਲੀ ਲੋਨ 'ਤੇ ਅਤੇ ਸਹੇਲੀ ਫੋਨ 'ਤੇ ਜੇ ਬਣਾਉਣੀ ਹੋਵੇ ਮਿੰਟ ਲੱਗਦਾ ਬਣਾਉਣ ਨੂੰ ਅੱਜ ਤਾਰਾ ਫਿੰਡਾ ਰੱਜਿਆ ਲੱਗਦਾ ਗੱਲ ਕਰੀ ਜਾਂਦਾ ਟੀਚਰ ਨਾਲ ਟੀਚਰਾਂ ਕਰਦਾ ਸ਼ਰਮ ਨਹੀਂ ਆਉਂਦੀ ਆਉਂਦੀ ਹੈ ਜੀ ਫਿਰ ਕਰੀਦੀ ਹੈ ਨਹੀਂ ਤੂੰ ਕਹਿੰਦਾ ਸ਼ਰਮ ਕਰਨੀ ਆ ਸ਼ਰਮ ਕਰਨ ਨੂੰ ਅਸੀਂ ਜੋ ਹੈਗੇ ਆ 3 ਸਾਲ ਹੋ ਗਏ ਤੈਨੂੰ ਇੱਕੋ ਕਲਾਸ ਦੇ ਵਿੱਚ ਚੱਪ ਮਾਰ ਕੇ ਬੈਠੇ ਮੈਨੂੰ ਲੱਗਦਾ 3 ਦਾ ਇਸ਼ਾਰਾ ਐ ਹੁੰਦਾ ਜੀ ਜੇ ਇਹੀ ਹਾਲ ਰਿਹਾ ਨਾ ਕਛੂਪਾਥੀ ਵਾਲਾ ਤੇਰਾ ਤਾਂ ਇਸੇ ਕਾਲਜ ਦੇ ਵਿੱਚ ਸਾਨੂੰ ਤੇਰੀ ਮੱਟੀ ਬਣਾਉਣੀ ਪੈਣੀ ਆ ਤਾਂ ਜੋ ਬਾਅਦ 'ਚ ਤੇਰੇ ਘਰ ਦੀਆਂ ਨੋਹਾਂ ਦੀਆਂ ਇਸੇ ਮੱਟੀ ਤੇ ਕੱਚੀ ਲੱਸੀ ਪਾ ਕੇ ਤੈਨੂੰ ਕੱਚਾ ਕਰ ਜਾਏ ਸਰ ਕਿਉਂ ਕੁੜੀਆਂ ਸਾਹਮਣੇ ਮੇਰੀ ਲੱਸੀ ਕਰੀ ਜਾਂਦੇ ਹੋ ਜੀ ਕਰਤੀ ਇਹਦੀ ਕੁੜੀਆਂ ਸਾਹਮਣੇ ਲੱਸੀ ਮੈਨੂੰ ਤਾਂ ਇਹਨੇ ਕਿਹਾ ਸੀ ਸਾਲਿਆ ਕਦੂ ਆ ਜਾ ਮੈਂ ਤਾਂ ਕਹੂੰਗਾ ਬੰਬ ਰੱਖ ਦੇ ਰੱਖ ਦੇਗਾ ਸ਼ਾਬਾਸ਼ ਏ ਮੇਰੇ ਥੱਲੇ ਬੰਬ ਰੱਖ ਤਾਂ ਜੋ ਜੇ ਇੱਕ ਵਾਰੀ ਚੱਲ ਗਿਆ ਬਾਅਦ 'ਚ ਮੇਰੀ ਪਛਾਣ ਵੀ ਨਾ ਆ ਸਕੇ ਇੱਕ ਤਾਂ ਪਤਾ ਨਹੀਂ ਮਿਰਜ਼ੇ ਦੀ ਕਬਰ ਤੇ ਹੋ ਗਿਆ ਘਾਹ ਖਾਣ ਵਾਲੀ ਕਿਹੜੀ ਮੱਝ ਦਾ ਦੁੱਧ ਪੀਤਾ ਪਿਓ ਦੇ ਪੁੱਤ ਦਾ ਇੱਕੋ ਨਿਸ਼ਾਨਾ ਕਿਸੇ ਦੇ ਲੱਫੜ ਮਾਰਤਾ ਕਿਸੇ ਦੇ ਘਸੋਨ ਫੇਰਤਾ ਖਾਵੇ ਪੀਵੇ ਬਾਂਦਰੀ ਤੇ ਟੰਬੇ ਖਾਣ ਨੂੰ ਰਿਛ ਸਾਡਾ ਤਾਂ ਜੀ ਨਾ ਹੀ ਬਦਨਾਮਾ ਸਾਡੇ ਨਾਲੋਂ ਵੱਧ ਮੁੰਡੇ ਤਾਂ ਇਹ ਛੇੜਦੀਆਂ ਉਹ ਫਿਰ ਕਦੇ ਮੇਰੇ ਨਾਲ ਇਹਨਾਂ ਦਾ ਵਾਹ ਹੀ ਨਹੀਂ ਪਿਆ ਕਦੇ ਮੈਨੂੰ ਛੇੜ ਕੇ ਦੇਖਣ ਜੇ ਮਿੰਟ 'ਚ ਨਾ ਛੇੜ ਜਾ ਸ਼ਾਬਾਸ਼ ਬ੍ਰੈਡ ਖਾਓ ਤੇ ਖੁਸ਼ੀ ਮਨਾਓ ਪਰ ਅਸੀਂ ਤਾਂ ਸੁਣਿਆ ਖੁਸ਼ੀ ਮੈਮ ਪਹਿਲਾਂ ਹੀ ਤੁਹਾਡੇ ਨਾਲ ਮੰਨੀ ਹੋਈ ਹੈ ਸਾਲੀ ਮਾੜੀ ਸੋਚ ਤੇ ਪੈਰ ਦੀ ਮੋਚ ਬੰਦੇ ਨੂੰ ਅੱਗੇ ਵਧਣ ਨਹੀਂ ਦਿੰਦੀ ਹਾਏ ਰੱਬਾ ਇਸ ਤੋਂ ਇਲਾਵਾ ਕੋਈ ਹੋਰ ਫਰਾਡ ਕਰਦਾ ਪਿਆ ਨਾ ਮੈਨੂੰ ਹੁਣੇ ਦੱਸ ਦੇ ਕੀ ਕਰਾਂ ਕਾਜਲ ਮੈਨੂੰ ਮਜਬੂਰੀ 'ਚ ਅੰਕਲ ਬਣਨਾ ਪਿਆ ਪਰ ਦੇਖ ਕਾਜਲ ਕਿਸੇ ਨੂੰ ਦੱਸੀ ਨਾ ਕੀ ਲੁਕੋਵਾਂਗੀ ਮੈਂ ਵੀਰੇ ਤੋਂ ਮੈਨੂੰ ਪਤਾ ਤੂੰ ਲੁਕੋ ਲੈਣਾ ਇਸ ਲਈ ਤਾਂ ਤੈਨੂੰ ਦੱਸਿਆ ਮਾਸਟਰ ਜੀ ਮਾਸਟਰ ਜੀ ਹਾਂ ਹੋ ਦੇਖੋ ਮੈਂ ਤੇਰੇ ਤੇ ਬਲਾਈਂਡ ਫੇਥ ਕਰਤਾ ਕਾਜਲ ਕਿੰਨਾ ਕੁ ਬਲਾਈਂਡ ਹੋਣਾ ਤੂੰ ਬਰਾੜ ਉੱਤੇ ਹਾਂ ਇਹ ਕੀ ਸਵੇਰੇ ਸਵੇਰੇ ਕਾਜਲ ਤੋਂ ਕੱਜਲ ਪੁਆ ਰਿਹਾ ਆਓ ਬਰਾੜ ਸਾਹਿਬ ਹਾਏ ਅੰਕਲ ਨੇ ਦੇਖ ਲਿਆ ਇਹ ਕੀ ਹੋ ਰਿਹਾ ਉਹ ਜਲਦੀ ਚੱਲੋ ਅਰੇ ਚੱਲ ਉਹ ਅੰਦਰ ਕਿੱਥੇ ਚੱਲੇ ਅੱਗੇ ਚੱਲ 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 ਅੱਗੇ ਚੱਲ ਅੱਗੇ ਚੱਲ 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 ਤੂੰ ਸਾਲਿਆ ਬਿਜ਼ਨਸ ਕਲਾਸ ਰਾਹੀਂ ਮੈਂ ਜਾਣਾ ਤੂੰ ਕੌਰਮੀ ਕਲਾਸ ਰਾਹੀਂ ਚੱਲ ਗੋਲ ਗੋਲ ਆਹੋ ਚੰਗਾ ਕੰਨ ਫੜ ਲਓ ਕੰਨ ਨਾ ਛੱਡੋ ਨਹੀਂ ਤਾਂ ਦੁਨੀਆ ਛੱਡ ਜੋਗੇ ਧਿਆਨ ਨਾ ਅੱਗੇ ਬਾਰੀ ਆ ਬਾਰੀ ਨੂੰ ਫੜੋ ਹਾਂ ਧਿਆਨ ਨਾ ਥੱਲੇ ਉਤਰਨਾ ਠੀਕ ਆ ਇੱਥੇ ਨਹੀਂ ਇੱਥੇ ਨਹੀਂ ਅੱਗੇ ਥੋੜਾ ਜਿਹਾ ਅੱਗੇ ਹਾਂ ਹਾਂ ਬਸ ਬਸ ਹਾਂ ਬੈਜੋ ਬੈਜੋ ਹਾਂ ਬਸ ਹੁਣ ਇੱਥੋਂ ਥੱਲੇ ਉਤਰ ਜਾਓ ਧਿਆਨ ਨਾਲ ਪੈਰ ਰੱਖੋ ਆਰਾਮ ਨਾਲ ਕਿੱਥੇ ਆ ਉਹ ਕੌਣ ਅੰਕਲ ਤੇਰਾ ਦੂਜਾ ਅੰਕਲ ਪਿੱਛੇ ਬ੍ਰਾਂਡ ਸਾਹਿਬ ਹੈ ਬ੍ਰਾਂਡ ਸਾਹਿਬ ਹੈ ਕੀ ਹੋ ਰਿਹਾ ਲੰਗੂਰ ਬੰਦ ਦੀ ਕੀ ਲੋੜ ਪੈ ਗਈ ਇੱਥੇ ਹੀ ਖੜੋ ਇੱਕ ਮਿੰਟ ਇੱਥੇ ਹੀ ਪਿੱਛੇ ਫੜ 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 ਤੁਸੀਂ ਗਲਤ ਸਮਝ ਗਏ ਸਮਝ ਗਏ ਗਲਤ ਮੈਂ ਤਾਂ ਐਕਸਰਸਾਈਜ਼ ਕਰ ਰਿਹਾ ਸੀਗਾ ਕਿਹੜੀ ਮੇਰੀ ਮਾਂ ਨੇ ਉੱਪਰ ਨਵਾਂ ਜਿਮ ਖੋਲਿਆ ਜਿੱਥੇ ਐਕਸਰਸਾਈਜ਼ ਕਰਦੇ ਸੀ ਉਹ ਤੇ
ਮੇਰੀ ਜੀ ਉੱਤੇ ਥੱਲੇ ਦੇਖੋ ਫਿਟ ਰਹਿਣ ਲਈ ਪਿਛਲੇ 10 ਸਾਲਾਂ ਤੋਂ ਮੈਂ ਕੈਨੇਡਾ ਵਿੱਚ ਹਰ ਰੋਜ਼ ਗ੍ਰੌਸ ਮਾਊਂਟੇਨ ਤੇ ਚੜਦਾ ਜੀ ਇੱਥੇ ਕੋਈ ਆਪਸ਼ਨ ਹੈ ਨਹੀਂ ਸੀ ਜੀ ਮੈਂ ਕਿਹਾ ਚਲੋ ਕੰਦਾ ਕੋਠੀ ਸੀ ਜੀ ਕਿਉਂ ਕੁਫਰ ਤੋਲਦੇ ਹੋ ਮੈਂ ਤੁਹਾਨੂੰ ਇਹਨਾਂ ਦੀਦਿਆਂ ਨਾਲ ਉੱਪਰ ਕੁੜੀ ਨਾਲ ਖੜੇ ਗੱਲਾਂ ਕਰਦੇ ਦੇਖਿਆ ਮੈਂ ਵੀ ਓ ਕੁੜੀ ਓ ਬੱਚੀ ਤਾਂ ਜੀ ਪ੍ਰਭਾਵ ਤੋਂ ਕੀ ਮੈਨੂੰ ਐਕਸਾਈਜ਼ ਕਰਦੇ ਦੇਖ ਕੇ ਮੈਨੂੰ ਕਹਿੰਦੀ ਅੰਕਲ ਤੁਸੀਂ ਥੱਕ ਗਏ ਹੋਗੇ ਪਲੀਜ਼ ਪਾਣੀ ਜ਼ਰੂਰ ਪੀ ਕੇ ਜਾਇਓ ਪਾਣੀ ਨੂੰ ਉੱਥੇ ਉਹਨੇ ਸ਼ਬੀਲ ਲਾਈ ਹੋਈ ਸੀ ਚੱਲ ਇੱਕ ਮਿੰਟ ਲਈ ਮੰਨ ਲਿਆ ਇਹ ਦੱਸੋ ਮੈਨੂੰ ਵੇਖ ਕੇ ਉੱਥੋਂ ਭੱਜੇ ਕਿਉਂ ਸੀ ਜੀ ਐਕਸਰਸਾਈਜ਼ ਕਰਦੇ ਸੀ ਰਨਿੰਗ 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 ਉਹ ਦੌੜਾ ਰਹੇ ਸੀ ਉਹ ਕੌਣ ਦੌੜਾ ਰਿਹਾ ਮੇਰੇ ਅੰਕਲ ਨੂੰ ਮੈਨੂੰ ਪੁੱਛ ਤੇ ਲਿਆ ਕਰੋ ਪਿਛਲੇ 10 ਸਾਲ ਤੋਂ ਜੁਆਇੰਟ ਪੇਨ ਕਰਕੇ ਮਨਾ ਕੀਤਾ ਡਾਕਟਰ ਨੇ ਇਹਨਾਂ ਨੂੰ ਦੌੜ ਭੱਜ ਕਰਨ ਤੋਂ ਸੁਣ ਲਿਆ ਮੈਂ ਕਿਹਾ ਸੀ ਨਾ ਅੰਕਲ ਝੂਠ ਬੋਲਦੇ ਆ ਹਾਂ ਡੈਡੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਜੀ ਦੇਖੋ ਅਸੀਂ ਆਪਣੇ ਕੰਮਾਂ ਕਾਰਾਂ 'ਚ ਕੈਨੇਡਾ ਬਿਜ਼ੀ ਰਹਿੰਦੇ ਹਾਂ ਜੀ ਬੱਚੇ ਇੱਥੇ ਆਪਣੇ ਕੰਮਾਂ ਕਾਰਾਂ 'ਚ ਬਿਜ਼ੀ ਰਹਿੰਦੇ ਨੇ ਜੀ ਇਸ ਕਰਕੇ ਇੱਕ ਦੂਜੇ ਦੀ ਸੂਹ ਘੱਟੀ ਰੱਖੀ ਦੀ ਹੈ ਜੀ ਉਹ ਜਿਹਨਾਂ ਨੇ ਇੱਕ ਦੂਜੇ ਦੀ ਸੂਹ ਨਹੀਂ ਵਿਆਹ ਤੋਂ ਬਾਅਦ ਤੁਹਾਡੀ ਸੂਹ ਸਵਾਰ ਰੱਖਣਗੇ ਡੈਡੀ ਪਲੀਜ਼ ਤੁਸੀਂ ਕਿਉਂ ਸਵੇਰੇ ਸਵੇਰੇ ਸਾਰੇ ਦੇ ਪਿੱਛੇ ਪਏ ਹੋ ਅੰਕਲ ਜੀ ਐਕਸਰਸਾਈਜ਼ ਕਰ ਰਹੇ ਨਾ ਕਰਨ ਦੋ ਮਮਾ ਤੁਸੀਂ ਚੱਲੋ ਜੀ ਮੈਂ ਕਿੱਥੇ ਚੱਲਾਂ ਤੁਸੀਂ ਚੱਲੋ ਚਲੋ ਮਾਸੜ ਜੀ ਮੈਨੂੰ ਸਮਝ ਨਹੀਂ ਆਉਂਦੀ ਇਹ ਸੁਮਰੇ ਕੰਡਾ ਤੇ ਚੜ ਕਿਵੇਂ ਜਾਂਦਾ ਬੰਦਾ ਕਿ ਕਰਲਾ ਓਕੇ ਗਾਇਸ ਐ ਸਨ ਅੱਜ ਦੇ ਕਾਮੇਡੀ ਸੀਨ ਕਰਮਜੀਤ ਅਨਮੋਲ ਦੇ ਨਾਲ ਨਾਲ ਬਿੰਨੂ ਢਿੱਲੋਂ ਸਾਹਿਬ ਜੀ ਉਹਨਾਂ ਨੇ ਵੀ ਕਮਾਲ ਕਰਤਾ ਬਾਕੀ ਕਿਦਾਂ ਲੱਗੇ ਨੇ ਬਹੁਤ ਵਧੀਆ ਲੱਗੇ ਨੇ ਖਾਸ ਤੌਰ ਤੇ ਜਦੋਂ ਦੁਆਰ ਤੋਂ ਆਉਂਦੇ ਸਨ ਉਹ ਸੀਨ ਤੇ ਕਮਾਲ ਦਾ ਸੀ ਹਾਂ ਮਤਲਬ ਦੁਆਰ ਨਾ ਛੱਡਿਓ ਨਹੀਂ ਤਾਂ ਦੁਨੀਆ ਛੱਡ ਜਾਓਗੇ ਦੁਨੀਆ ਹੀ ਛੱਡ ਜਾਓਗੇ ਬਾਕੀ ਜਿਹੜਾ ਇੱਕ ਉਹ ਕਲਾਸਰੂਮ ਵਾਲੇ ਜਿਹੜੇ ਸੀਨ ਸਨ ਕਲਾਸ ਦੇ ਵਿੱਚ ਉਹ ਵੀ ਵਧੀਆ ਸਨ ਉੱਥੇ ਜਿਹੜੀ ਗੱਲਬਾਤ ਹੋ ਰਹੀ ਸੀ ਉਹ ਵੀ ਬੜੀ ਵਧੀਆ ਸੀ ਬਾਕੀ ਸਾਰੇ ਹੀ ਜਿੰਨੇ ਵੀ ਸੀਨ ਸਨ ਸਾਰੇ ਹੀ ਵਧੀਆ ਸਨ ਬਾਕੀ ਇੱਕ ਸੀਨ ਜਿਹੜਾ ਵਿੱਚ ਆਇਆ ਸੀ ਕਰਮਜੀਤ ਅਨਮੋਲ ਦਾ ਅਤੇ ਘੁੱਗੀ ਭਾਅ ਜੀ ਦਾ ਨਾਲ ਤੀਸਰਾ ਕਰੈਕਟਰ ਜਿਹੜਾ ਉਹਨਾਂ ਦੇ ਨਾਮ ਦਾ ਨਹੀਂ ਮੈਨੂੰ ਪਤਾ ਲੇਕਿਨ ਬਹੁਤ ਸਾਰੀ ਫਿਲਮਾਂ ਦੇ ਵਿੱਚ ਉਹਨਾਂ ਨੂੰ ਵੇਖਿਆ ਉਹ ਜਿਹੜਾ ਟੈਲੀਫੋਨ ਜਿਹਨਾਂ ਨੂੰ ਆਇਆ ਸੀ ਉਹ ਥੋੜ੍ਹਾ ਜਿਹਾ ਸੈਡ ਸੀ ਮਤਲਬ ਕਰਜ਼ਾ ਦਾ ਕਰਕੇ ਨਾ ਅਪਸੈਟ ਸੀ ਥੋੜ੍ਹਾ ਜਿਹਾ ਪਰੇਸ਼ਾਨ ਸੀ ਘਿਰਿਆ ਹੋਇਆ ਜੋ ਬੰਦੇ ਦੇ ਉੱਤੇ ਕਰਜ਼ਾ ਹੁੰਦਾ ਨਾ ਫਿਰ ਉਹਨੂੰ ਪਤਾ ਨਹੀਂ ਲੱਗਦਾ ਅਤੇ ਕੀ ਕਰਨਾ ਹੈ ਅਤੇ ਜਿਹੜਾ ਕਹਿ ਰਿਹਾ ਸੀ ਕਿ ਸਰਕਾਰਾਂ ਨੇ ਸਾਨੂੰ ਕਿਹੜਾ ਜੀਨ ਜੋਗਾ ਛੱਡਿਆ ਜੀ ਹੈ ਨਾ ਉਹ ਥੋੜ੍ਹਾ ਜਿਹਾ ਮਤਲਬ ਸੈਡ ਸੀ ਬਾਕੀ ਸਾਰੀ ਵਧੀਆ ਸੀ ਹਾਂ ਬਾਕੀ ਜਿਹੜੇ ਸੀਨ ਸਨ ਸਾਰੇ ਕਮੇਡੀ ਤੋਂ ਭਰਪੂਰ ਸਨ ਬਾਕੀ ਮਿੱਤਰੋ ਕਿੱਦਾਂ ਲੱਗਾ ਤੁਹਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਨੈਕਸਟ ਵੀਡੀਓ 'ਚ ਰੱਖਿਓ ਆਪਣਾ ਬਹੁਤ ਸਾਰਾ ਖਿਆਲ ਗੁੱਡ ਬਾਏ ਅੱਲਾ ਹਾਫਿਜ਼